ਲੈਂਡਸਲਾਈਡ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਦੱਸ ਦਈਏ ਕਿ ਪਹਾੜਾਂ ਦੇ ਵਿੱਚ ਲਗਾਤਾਰ ਲੈਂਡਸਲਾਈਡ ਹੋ ਰਹੀ ਹੈ ਤਾਂ ਚੰਡੀਗੜ੍ਹ ਮਨਾਲੀ ਹਾਈਵੇ ਇੱਕ ਵਾਰ ਫਿਰ ਤੋਂ ਕੁਝ ਸਮੇਂ ਦੇ ਲਈ ਬੰਦ ਕਰ ਦਿੱਤਾ ਗਿਆ। ਜੇਕਰ ਗੱਲ ਕੀਤੀ ਜਾਵੇ ਪਿਛਲੇ 2 ਤੋਂ 3 ਦਿਨਾਂ ਦੀ ਤਾਂ ਲਗਾਤਾਰ ਚੰਡੀਗੜ੍ਹ ਮਨਾਲੀ ਹਾਈਵੇ ਦੇ ਉੱਤੇ ਲੈਂਡਸਲਾਈਡ ਹੋ ਰਹੀ ਹੈ। ਬੀਤੇ ਦਿਨਾਂ ਜਿੱਥੇ ਇੱਕ ਪਿਕਅਪ ਅਤੇ ਇੱਕ ਟਰੱਕ ਇਸ ਲੈਂਡਸਲਾਈਡ ਦੇ ਵਿੱਚ ਫਸ ਗਿਆ ਸੀ, ਉੱਥੇ ਬੀਤੀ ਰਾਤ 11 ਵਜੇ ਫਿਰ ਤੋਂ ਲੈਂਡਸਲਾਈਡ ਹੋਈ, ਜਿਸ ਦੇ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਕਈ ਲੋਕਾਂ ਨੂੰ ਆਪਣੀ ਰਾਤ ਵੀ ਇਸੀ ਵਾਹਨਾਂ ਦੇ ਵਿੱਚ ਕੱਟਣੀ ਪਈ ਹੈ। ਅਤੇ ਇਸੇ ਦੌਰਾਨ ਮੰਡੀ ਪ੍ਰਸ਼ਾਸਨ ਦੇ ਵੱਲੋਂ ਇਹ ਡਰੋਨ ਸ਼ੋਟ ਨੂੰ ਸਾਂਝਾ ਕੀਤਾ ਗਿਆ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਆਖਿਰ ਕਿੱਡੀ ਵੱਡੀ ਵਾਹਨਾਂ ਦੀਆਂ ਕਤਾਰਾਂ ਨੈਸ਼ਨਲ ਹਾਈਵੇ ਦੇ ਉੱਤੇ ਲੱਗੀਆਂ ਹੋਈਆਂ ਨੇ। ਜੇਕਰ ਗੱਲ ਕੀਤੀ ਜਾਵੇ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਦੀ ਤਾਂ ਤੁਹਾਨੂੰ ਦੱਸ ਦਈਏ ਕਿ ਇਸ 'ਤੇ ਸਿਰਫ ਇੱਕ ਪਾਸੇ ਤੋਂ ਹੀ ਟ੍ਰੈਫਿਕ ਨੂੰ ਲੰਘਾਇਆ ਜਾ ਰਿਹਾ, ਕਿਉਂਕਿ ਇੱਕ ਪਾਸੇ ਤੋਂ ਪੰਡੋਰ ਡੈਮ ਦੇ ਕੋਲ ਜਾ ਕੇ ਰੋਡ ਜੋ ਹੈ ਬਿਲਕੁਲ ਬੁਰੇ ਤਰੀਕੇ ਦੇ ਨਾਲ ਟੁੱਟ ਚੁੱਕਾ, ਕਿਉਂਕਿ ਬਰਸਾਤ ਨੇ ਮੁੜ ਤੋਂ ਤਬਾਹੀ ਮਚਾਈ ਹੈ ਹਿਮਾਚਲ ਦੇ ਵਿੱਚ। ਅਤੇ ਇੱਕ ਵਾਰ ਫਿਰ ਤੋਂ ਨੈਸ਼ਨਲ ਹਾਈਵੇ ਦੇ ਉੱਤੇ ਲੰਬਾ ਜਾਮ ਲੱਗਿਆ, ਲੈਂਡਸਲਾਈਡ ਹੋਈ ਹੈ ਬੀਤੀ ਰਾਤ। ਗਨੀਮਤ ਰਹੀ ਹੈ ਕਿ ਕੋਈ ਇਸ ਦੀ ਚਪੇਟ ਦੇ ਵਿੱਚ ਨਹੀਂ ਆਇਆ, ਪਰ ਰੋਡ ਜੋ ਹੈ ਸਾਰਾ ਬਲੋਕ ਹੋਇਆ ਅਤੇ ਹੁਣ ਪ੍ਰਸ਼ਾਸਨ ਦੇ ਵੱਲੋਂ ਮਸ਼ੀਨਾਂ ਦੇ ਨਾਲ ਇਸ ਰੋਡ ਨੂੰ ਸਾਫ਼ ਕਰਨ ਦੇ ਵਿੱਚ ਲੱਗੇ ਹੋਏ ਨੇ। ਅਤੇ ਜੋ ਨੈਸ਼ਨਲ ਹਾਈਵੇ ਉਸਦਾ ਸਿਰਫ ਇੱਕ ਪਾਸੇ ਤੋਂ ਹੀ ਟ੍ਰੈਫਿਕ ਨੂੰ ਲੰਘਾਇਆ ਜਾ ਰਿਹਾ। ਲੈਂਡਸਲਾਈਡ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਦੱਸ ਦਈਏ ਕਿ ਪਹਾੜਾਂ ਦੇ ਵਿੱਚ ਲਗਾਤਾਰ ਲੈਂਡਸਲਾਈਡ ਹੋ ਰਹੀ ਹੈ ਤਾਂ ਚੰਡੀਗੜ੍ਹ ਮਨਾਲੀ ਹਾਈਵੇ ਇੱਕ ਵਾਰ ਫਿਰ ਤੋਂ ਕੁਝ ਸਮੇਂ ਦੇ ਲਈ ਬੰਦ ਕਰ ਦਿੱਤਾ ਗਿਆ। ਜੇਕਰ ਗੱਲ ਕੀਤੀ ਜਾਵੇ ਪਿਛਲੇ 2 ਤੋਂ 3 ਦਿਨਾਂ ਦੀ ਤਾਂ ਲਗਾਤਾਰ ਚੰਡੀਗੜ੍ਹ ਮਨਾਲੀ ਹਾਈਵੇ ਦੇ ਉੱਤੇ ਲੈਂਡਸਲਾਈਡ ਹੋ ਰਹੀ ਹੈ। ਬੀਤੇ ਦਿਨਾਂ ਜਿੱਥੇ ਇੱਕ ਪਿਕਅਪ ਅਤੇ ਇੱਕ ਟਰੱਕ ਇਸ ਲੈਂਡਸਲਾਈਡ ਦੇ ਵਿੱਚ ਫਸ ਗਿਆ ਸੀ, ਉੱਥੇ ਬੀਤੀ ਰਾਤ 11 ਵਜੇ ਫਿਰ ਤੋਂ ਲੈਂਡਸਲਾਈਡ ਹੋਈ, ਜਿਸ ਦੇ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਕਈ ਲੋਕਾਂ ਨੂੰ ਆਪਣੀ ਰਾਤ ਵੀ ਇਸੀ ਵਾਹਨਾਂ ਦੇ ਵਿੱਚ ਕੱਟਣੀ ਪਈ ਹੈ। ਅਤੇ ਇਸੇ ਦੌਰਾਨ ਮੰਡੀ ਪ੍ਰਸ਼ਾਸਨ ਦੇ ਵੱਲੋਂ ਇਹ ਡਰੋਨ ਸ਼ੋਟ ਨੂੰ ਸਾਂਝਾ ਕੀਤਾ ਗਿਆ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਆਖਿਰ ਕਿੱਡੀ ਵੱਡੀ ਵਾਹਨਾਂ ਦੀਆਂ ਕਤਾਰਾਂ ਨੈਸ਼ਨਲ ਹਾਈਵੇ ਦੇ ਉੱਤੇ ਲੱਗੀਆਂ ਹੋਈਆਂ ਨੇ। ਜੇਕਰ ਗੱਲ ਕੀਤੀ ਜਾਵੇ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਦੀ ਤਾਂ ਤੁਹਾਨੂੰ ਦੱਸ ਦਈਏ ਕਿ ਇਸ 'ਤੇ ਸਿਰਫ ਇੱਕ ਪਾਸੇ ਤੋਂ ਹੀ ਟ੍ਰੈਫਿਕ ਨੂੰ ਲੰਘਾਇਆ ਜਾ ਰਿਹਾ ਹੈ, ਕਿਉਂਕਿ ਇੱਕ ਪਾਸੇ ਤੋਂ ਪੰਡੋਰ ਡੈਮ ਦੇ ਕੋਲ ਜਾ ਕੇ ਰੋਡ ਜੋ ਹੈ ਬਿਲਕੁਲ ਬੁਰੇ ਤਰੀਕੇ ਦੇ ਨਾਲ ਟੁੱਟ ਚੁੱਕਾ, ਕਿਉਂਕਿ ਬਰਸਾਤ ਨੇ ਮੁੜ ਤੋਂ ਤਬਾਹੀ ਮਚਾਈ ਹੈ ਹਿਮਾਚਲ ਦੇ ਵਿੱਚ। ਅਤੇ ਇੱਕ ਵਾਰ ਫਿਰ ਤੋਂ ਨੈਸ਼ਨਲ ਹਾਈਵੇ ਦੇ ਉੱਤੇ ਲੰਬਾ ਜਾਮ ਲੱਗਿਆ, ਲੈਂਡਸਲਾਈਡ ਹੋਈ ਹੈ ਬੀਤੀ ਰਾਤ। ਗਨੀਮਤ ਰਹੀ ਹੈ ਕਿ ਕੋਈ ਇਸ ਦੀ ਚਪੇਟ ਦੇ ਵਿੱਚ ਨਹੀਂ ਆਇਆ, ਪਰ ਰੋਡ ਜੋ ਹੈ ਸਾਰਾ ਬਲੋਕ ਹੋਇਆ ਹੈ। ਅਤੇ ਹੁਣ ਪ੍ਰਸ਼ਾਸਨ ਦੇ ਵੱਲੋਂ ਮਸ਼ੀਨਾਂ ਦੇ ਨਾਲ ਇਸ ਰੋਡ ਨੂੰ ਸਾਫ਼ ਕਰਨ ਦੇ ਵਿੱਚ ਲੱਗੇ ਹੋਏ ਨੇ। ਅਤੇ ਜੋ ਨੈਸ਼ਨਲ ਹਾਈਵੇ ਉਸਦਾ ਸਿਰਫ ਇੱਕ ਪਾਸੇ ਤੋਂ ਹੀ ਟ੍ਰੈਫਿਕ ਨੂੰ ਲੰਘਾਇਆ ਜਾ ਰਿਹਾ ਹੈ।